ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਸੋ ਥੋੜ੍ਹੀਆਂ ਜਿਹੀਆਂ ਅਪਡੇਟਸ ਜਿਹੜੀਆਂ ਉਹ ਮੈਂ ਦੇਣਾ ਚਾਹੁੰਦੀ ਸੀ। ਇਕੱਲੇ ਇਕੱਲੇ ਈਵੈਂਟ ਦੀ ਜਿਹੜੀ ਲਾਈਵ ਵੀਡੀਓ ਉਹਨੂੰ ਮੈਂ ਕਿਹਾ ਹੁਣ ਮੈਂ ਨਹੀਂ ਪਾ ਸਕਦੀ, ਬਿਕੋਜ਼ ਮੈਨੂੰ ਟਾਈਮ ਹੀ ਨਹੀਂ ਲੱਗ ਰਿਹਾ ਸੀ ਕਿ ਮੈਂ ਆਪਣੇ ਪੂਰੇ ਪ੍ਰੋਗਰਾਮ ਜਿਹੜੇ ਆ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਾਂ। ਸੋ ਬਹੁਤ ਦੇਰ ਬਾਅਦ ਅੱਜ ਮੈਂ ਲਾਈਵ ਹੋਈ ਹਾਂ। ਸਭ ਤੋਂ ਪਹਿਲਾਂ ਤਾਂ ਕੱਲ੍ਹ ਸਾਡਾ ਮੁੱਛਲ ਪਿੰਡ ਵਿੱਚ ਸਾਡਾ ਸ਼ੂ ਗਿਵਿੰਗ ਕੈਂਪੇਨ ਆ ਕੱਲ੍ਹ, ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਸ਼ੇਅਰ ਕਰਦੇ ਕਿ ਸਾਡੇ ਨਾਲ ਕੱਲ੍ਹ ਇੱਕ ਗੈਸਟ ਵੀ ਹੋਣਗੇ ਸ਼ੂ ਗਿਵਿੰਗ ਕੈਂਪੇਨ 'ਚ, ਜਿਨ੍ਹਾਂ ਨੂੰ ਮੈਂ ਹੁਣ ਡਿਸਕਲੋਜ਼ ਨਹੀਂ ਕਰਨਾ ਚਾਹੁੰਦੀ। ਸੋ ਕੱਲ੍ਹ ਵਾਲੀ ਲਾਈਵ ਵੀਡੀਓ ਮੇਰੀ ਰਿਕੁਐਸਟ ਆ ਕਿ ਜ਼ਰੂਰ ਤੁਸੀਂ ਸ਼ੇਅਰ ਕਰੋ, ਜ਼ਰੂਰ ਤੁਸੀਂ ਸੁਣੋ, ਅਤੇ ਜ਼ਰੂਰ ਤੁਸੀਂ ਸਾਡੇ ਨਾਲ ਜਿਹੜੇ ਕੱਲ੍ਹ ਸ਼ਾਮਿਲ ਹੋ। ਬਿਲਕੁਲ ਮੇਰੇ ਪਿੰਡ ਦੇ ਲਾਗੇ ਹੀ 2-3 ਕਿਲੋਮੀਟਰ ਹੀ ਮੇਰੇ ਪਿੰਡ ਤੋਂ, ਟਾਂਗਰਾ ਪਿੰਡ ਤੋਂ ਮੁੱਛਲ ਪਿੰਡ ਆ, ਉੱਥੇ ਅਸੀਂ ਕੱਲ੍ਹ ਸ਼ੂ ਗਿਵਿੰਗ ਕੈਂਪੇਨ ਜਿਹੜਾ ਉਹ ਕੱਲ੍ਹ ਅਸੀਂ ਕਰਾਂਗੇ, ਅਤੇ ਸਾਡੇ ਕੈਂਪੇਨ 'ਚ ਸਪੈਸ਼ਲ ਗੈਸਟ ਵੀ ਹੈਗੇ ਨੇ ਕੱਲ੍ਹ। ਸੋ ਮੈਨੂੰ ਪੱਕਾ ਨਹੀਂ ਪਤਾ ਕਿ ਬਾਏ ਚਾਂਸ ਪ੍ਰੋਗਰਾਮ ਕੋਈ ਚੇਂਜ ਨਾ ਹੋ ਜਾਵੇ, ਇਸ ਕਰਕੇ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੀ। ਸੋ ਜ਼ਰੂਰ ਤੁਸੀਂ ਕੱਲ੍ਹ ਜਿਹੜਾ ਹੈ ਮੁੱਛਲ ਕੈਂਪੇਨ ਲਈ ਮੇਰੇ ਨਾਲ ਜੁੜਨਾ ਹੈ, ਅਤੇ ਸਵੇਰੇ ਮੈਂ ਆਪਣੇ ਅਪਡੇਟਸ ਪਾਵਾਂਗੀ ਕਿ ਕਿੰਨੇ ਵਜੇ ਤੱਕ ਅਸੀਂ ਲਾਈਵ ਹੋਵਾਂਗੇ। ਸੋ ਕੋਸ਼ਿਸ਼ ਰਹੇਗੀ ਕਿ 10-11 ਵਜੇ ਤੱਕ ਜਿਹੜਾ ਅਸੀਂ ਲਾਈਵ ਹੋ ਜਾਈਏ 10-11 ਦੇ ਵਿੱਚ। ਸੋ ਸ਼ੂ ਗਿਵਿੰਗ ਕੈਂਪੇਨਸ ਦੇ ਲਗਾਤਾਰ ਜਿਹੜੇ ਸਰਵੇਸ ਆ ਉਹ ਅਸੀਂ ਕਰਦੇ ਜਾ ਰਹੇ ਹਾਂ, ਅਤੇ ਸ਼ੂ ਗਿਵਿੰਗ ਕੈਂਪੇਨਸ ਜਿਹੜੇ ਆ ਉਹ ਲਗਾਤਾਰ ਸਪੋਂਸਰ ਜਿਹੜੇ ਆ ਉਹ ਹੋਈ ਜਾ ਰਹੇ ਨੇ। ਅਤੇ ਤੁਹਾਡੇ ਨਾਲ ਮੈਂ ਪੇਜ 'ਤੇ ਵੀ ਸਾਂਝਾ ਕੀਤਾ ਸੀ, ਅਤੇ ਲਾਈਵ ਵੀਡੀਓ 'ਚ ਮੈਂ ਹਜੇ ਨਹੀਂ ਦੱਸਿਆ ਕਿ ਖਾਲਸਾ ਏਡ ਇੰਟਰਨੈਸ਼ਨਲ ਜੋ ਕਿ UK ਦੀ NGO ਆ, ਅਤੇ ਇੰਡੀਆ ਵਿੱਚ ਵੀ ਫੁੱਲ ਫਲੈਸ਼ਡ ਓਪਰੇਸ਼ਨਸ ਨੇ ਖਾਲਸਾ ਏਡ ਦੇ। ਖਾਲਸਾ ਏਡ ਜਿਹੜਾ ਵਾ ਉਹ smiles.care ਸਾਡੀ NGO ਨੂੰ 1000 ਸ਼ੂਜ਼ ਜਿਹੜੇ ਆ ਉਹ ਸਪੋਂਸਰ ਕਰ ਰਿਹਾ, ਜਿਹੜੀ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਆ, ਬੜੀ ਖੁਸ਼ੀ ਦੀ ਗੱਲ ਆ। ਤੁਸੀਂ ਮੇਰੇ ਨਾਲ ਜੁੜੇ ਰਹੇ, ਮੈਨੂੰ ਤੁਸੀਂ ਇੰਨਾ ਹੌਂਸਲਾ ਦਿੱਤਾ, ਅਤੇ ਇੰਨਾ ਅੱਛਾ ਕੰਮ ਅਸੀਂ ਕਰ ਪਾਏ ਕਿ ਜਿਹੜੀਆਂ ਦੂਸਰੀਆਂ NGOs ਨੇ ਜਾਂ ਇੰਡੀਵਿਜੁਅਲਸ ਨੇ, ਸਾਰਿਆਂ ਦਾ ਸਾਡੇ 'ਤੇ ਹੌਲੀ ਹੌਲੀ ਟਰੱਸਟ ਬਣ ਗਿਆ, ਅਤੇ ਸਾਨੂੰ ਇਸ ਲੈਵਲ ਤੱਕ ਵੀ ਹੈਲਪ ਕਰਨ ਲਈ ਰੈਡੀ ਨੇ। ਜਿਵੇਂ ਕਿ 1000 ਸ਼ੂਜ਼ ਜਿਹੜਾ ਉਹ ਖਾਲਸਾ ਏਡ ਸਾਨੂੰ ਸਪੋਂਸਰ ਕਰ ਰਿਹਾ। ਸੋ ਖਾਲਸਾ ਏਡ ਜਿਹੜਾ ਵਾ 1000 ਸ਼ੂ ਲਈ ਫੰਡ ਰੇਜ਼ ਕਰ ਰਿਹਾ, ਅਤੇ ਤੁਸੀਂ ਖਾਲਸਾ ਏਡ ਨੂੰ ਵੀ ਜਿਹੜਾ ਵਾ ਤੁਸੀਂ ਹੈਲਪ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 0175500130000। ਸੋ ਖਾਲਸਾ ਏਡ 1000 ਸ਼ੂਜ਼ ਲਈ ਆਪਣਾ ਫੰਡ ਰੇਜ਼ ਕਰ ਰਿਹਾ। ਸੋ ਪਟਿਆਲਾ ਆਫਿਸ ਉਹਨਾਂ ਦੇ ਜਾਂ www.khalsaaid.org 'ਤੇ ਵੀ ਤੁਸੀਂ ਉਹਨਾਂ ਨੂੰ ਜਿਹੜੀ ਆ ਉਹਨਾਂ ਦੀ ਈਮੇਲ ID ਚੈੱਕ ਕਰਕੇ ਜਾਂ ਉਹਨਾਂ ਦੇ ਨੰਬਰ ਚੈੱਕ ਕਰਕੇ ਉਹਨਾਂ ਨੂੰ ਕਾਲ ਕਰ ਸਕਦੇ ਹੋ, ਅਤੇ ਜਿਹੜੇ 1000 ਸ਼ੂਜ਼ ਉਹ ਸਾਨੂੰ ਸਪੋਂਸਰ ਕਰ ਰਹੇ ਨੇ ਉਹਨਾਂ ਸ਼ੂਜ਼ ਲਈ ਤੁਸੀਂ ਉਹਨਾਂ ਨੂੰ ਜਿਹੜਾ ਵਾ ਡੋਨੇਸ਼ਨ ਕਰ ਸਕਦੇ ਹੋ, ਤਾਂ ਕਿ ਈਜ਼ੀਲੀ ਉਹ ਜਿਹੜਾ ਫੰਡ ਰੇਜ਼ ਕਰ ਸਕਣ। ਬੜੀ ਥੈਂਕਫੁਲ ਹਾਂ ਖਾਲਸਾ ਏਡ ਦੀ ਪੂਰੀ ਟੀਮ ਦੀ, ਜਿਨ੍ਹਾਂ ਨੇ ਡਿਸੀਜਨ ਲਿਆ ਹੈ 1000 ਸ਼ੂਜ਼ ਜਿਹੜੇ ਆ ਉਹਨਾਂ ਦੀ ਸਾਨੂੰ ਹੈਲਪ ਕਰਨ ਲਈ। ਅਤੇ ਬਹੁਤ ਸਾਰੇ ਕੈਂਪੇਨਸ, ਨੀਅਰਲੀ 10 ਕੈਂਪੇਨ ਜਿਹੜੇ ਆ ਉਹ ਅਸੀਂ ਲਗਾਤਾਰ ਖਾਲਸਾ ਏਡ ਦੀ ਟੀਮ ਦੇ ਨਾਲ ਜਿਹੜੇ ਆ ਉਹ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਕੈਂਪੇਨਸ ਕਰਾਂਗੇ। ਸੋ ਕੋਸ਼ਿਸ਼ ਰਹੇਗੀ 3-4 ਜ਼ਿਲ੍ਹੇ ਜਿਹੜੇ ਆ ਉਹ ਇਹਦੇ ਵਿੱਚ ਕੈਂਪੇਨਸ 'ਚ ਕਵਰ ਹੋ ਸਕਣ, ਤਾਂ ਕਿ ਖਾਲਸਾ ਏਡ ਦੇ ਵਾਲੰਟੀਅਰਸ ਵੀ ਅਲੱਗ ਅਲੱਗ ਲੋਕੇਸ਼ਨਸ ਤੋਂ ਜਿਹੜਾ ਉਹਨਾਂ ਦੇ ਨਾਲ ਮਿਲ ਕੇ ਸਾਡੇ ਨਾਲ ਮਿਲ ਕੇ ਜਿਹੜੇ ਆ ਉਹ ਕੈਂਪੇਨ ਕਰ ਸਕਣ। ਸੋ ਵੈਰੀ ਥੈਂਕਫੁਲ ਟੂ ਖਾਲਸਾ ਏਡ ਟੀਮ, ਰਵੀ ਸਿੰਘ ਜੀ, ਅਮਰਪ੍ਰੀਤ ਸਿੰਘ ਜੀ ਅਤੇ ਦਮਨ ਜੀ ਜੋ ਕਿ ਪੂਰਾ ਕੋਆਰਡੀਨੇਸ਼ਨ ਕਰ ਰਹੇ ਨੇ ਸਾਡੇ ਨਾਲ। ਉਸ ਤੋਂ ਬਾਅਦ 16 ਤਰੀਕ ਨੂੰ ਅਸੀਂ ਭਗਤ ਪੂਰਨ ਸਿੰਘ ਜੀ ਦੇ ਪਿੰਗਲਵਾੜਾ ਵਿੱਚ ਅਸੀਂ ਸਪੈਸ਼ਲ ਚਿਲਡਰਨ ਦਾ ਇੱਕ ਵਾਰਡ ਆ, ਉੱਥੇ 100 ਬੱਚੇ ਨੇ ਉੱਥੇ। ਸੋ ਸਪੈਸ਼ਲ ਚਿਲਡਰਨ ਦੇ ਨਾਲ ਉੱਥੇ 2 ਵਾਰਡ ਨੇ ਚਿਲਡਰਨ ਦੇ, ਜਿੱਥੇ ਕਿ ਇੱਕ ਵਾਰਡ 'ਚ 200 ਬੱਚੇ ਨੇ, ਇੱਕ 'ਚ 100 ਬੱਚੇ ਨੇ। ਸੋ 100 ਬੱਚੇ ਵਾਲਾ ਜਿਹੜਾ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਦੇ ਵਿੱਚ ਜਿਹੜਾ ਇੱਕ ਵਾਰਡ ਆ, ਉੱਥੇ ਸਪੈਸ਼ਲ ਬੱਚੇ ਹੀ ਨੇ, ਸਪੈਸ਼ਲੀ ਚੈਲੇਂਜਡ ਬੱਚੇ ਨੇ, ਜਾਂ ਕੋਈ ਨਾ ਕੋਈ ਉਹਨਾਂ ਨੂੰ ਯੂਨੋ ਸੀਰੀਅਸ ਕੋਈ ਨਾ ਕੋਈ ਉਹਨਾਂ ਨੂੰ ਪ੍ਰੋਬਲਮ ਆ। ਸੋ ਉਹ ਬੱਚਿਆਂ ਦੇ ਨਾਲ ਅਸੀਂ ਜਿਹੜਾ ਇੱਕ ਬਰਥਡੇ ਉਸ ਦਿਨ ਸੈਲੀਬ੍ਰੇਟ ਕਰਾਂਗੇ। ਸੋ ਸਾਡੇ ਖੁਦ ਦੇ ਵਾਲੰਟੀਅਰ ਨੇ, ਸਾਡੇ ਰੈਗੂਲਰ ਡੋਨਰ ਨੇ, ਸੁਖਪ੍ਰੀਤ ਸਿੰਘ ਗਰੇਵਾਲ ਜੀ ਕੈਨੇਡਾ ਤੋਂ, ਜਿਨ੍ਹਾਂ ਦੇ ਬੇਟੇ ਦਾ 16 ਤਰੀਕ ਨੂੰ ਆਰਵ ਦਾ ਬਰਥਡੇ ਆ, ਅਤੇ ਉਹਨਾਂ ਨੇ ਸਾਨੂੰ ਸਪੈਸ਼ਲੀ ਜਿਹੜਾ ਅੱਜ ਉਹਨਾਂ ਨੇ ਸਾਨੂੰ
ਕਾਫੀ ਦਿਨ ਤੋਂ ਅਸੀਂ ਪਲਾਨ ਕਰ ਰਹੇ ਹਾਂ। ਸੋ ਆਰਫ ਦਾ ਬਰਥਡੇ ਜੋ ਕਿ ਕੈਨੇਡਾ ਰਹਿੰਦਾ ਹੈ, ਸੋ ਉਹਦਾ ਸੈਕਿੰਡ ਬਰਥਡੇ ਆ। ਮੈਨੂੰ ਬੜਾ ਮਾਣ ਆ ਇਹੋ ਜਿਹੀਆਂ ਫੈਮਿਲੀਜ਼ 'ਤੇ ਜੋ ਕਿ ਇਸ ਤਰ੍ਹਾਂ ਦੇ ਡਿਸੀਜਨਸ ਲੈਂਦੀਆਂ ਨੇ ਆਪਣੀ ਸਪੈਸ਼ਲ ਓਕੇਜ਼ਨ 'ਤੇ। ਸੋ ਉਹਨਾਂ ਦੀ ਖੁਦ ਦੀ ਇੱਛਾ ਸੀ ਕਿ ਸਪੈਸ਼ਲ ਚਿਲਡਰਨ ਨਾਲ ਜਾਂ ਬੱਚਿਆਂ ਨਾਲ ਜਿਹੜਾ ਇਹ ਬਰਥਡੇ ਜਿਹੜਾ ਉਹਨਾਂ ਦੇ ਬੇਟੇ ਦਾ ਜਿਹੜਾ ਮਨਾਇਆ ਜਾਏ। ਸੋ ਅਸੀਂ ਸਾਡੀ ਖੁਦ ਦੀ ਐਨ ਜੀ ਓ ਦੇ ਵਿੱਚ ਬੱਚੇ ਨੇ, ਸੋ ਉਹਨੂੰ ਮੈਂ ਸੈਕਿੰਡ ਪ੍ਰਾਇਰਿਟੀ ਕਰਦੇ ਹੋਏ ਅਸੀਂ ਭਗਤ ਪੂਰਨ ਜੀ ਦੇ ਪਿੰਗਲਵਾੜਾ ਜਿੱਥੇ ਕਿ ਸਪੈਸ਼ਲ ਚਿਲਡਰਨ ਨੇ ਵਾਕਈ ਬੜਾ ਵੇਟ ਕਰ ਰਹੇ ਨੇ ਕਿ ਕੋਈ ਸਾਨੂੰ ਸਾਡੇ ਕੋਲ ਆਏ, ਬਿਕੋਜ਼ ਉਹ ਇੰਟਰਨਲੀ ਹੀ ਰਹਿੰਦੇ ਨੇ। ਸੋ ਉਹਨਾਂ ਦੇ ਨਾਲ ਅਸੀਂ ਜਿਹੜਾ ਇਹ ਬਰਥਡੇ 16 ਤਰੀਕ ਨੂੰ ਸੈਲੀਬ੍ਰੇਟ ਕਰਾਂਗੇ। ਅਤੇ 16 ਤਰੀਕ ਨੂੰ ਹੀ ਸ਼ਾਮ ਨੂੰ ਜਿਹੜਾ ਵਾ ਉਹ ਐਲ ਪੀ ਯੂ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦੇ ਵਿੱਚ ਪਹਿਲ ਇੱਕ ਈਵੈਂਟ ਆ ਜਿੱਥੇ ਕਿ ਮੇਰਾ ਲੈਕਚਰ ਹੋਏਗਾ, ਉੱਥੇ ਵੀ ਤੁਸੀਂ ਆ ਸਕਦੇ ਹੋ। ਪਲੱਸ ਉੱਥੇ ਫੁੱਲ ਡੇ ਜਿਹੜਾ ਵਾ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦੇ ਬੱਚੇ ਜਿਹੜੇ ਆ ਉੱਥੇ ਆ ਸਕਦੇ ਨੇ। ਉਹਨਾਂ ਲਈ ਟਿਕਟ ਰੱਖੀ ਗਈ ਹੈ 50 ਰੁਪੀਜ਼ ਦੀ। ਸੋ ਜੇ ਮੈਨੂੰ ਕੋਈ ਐਲ ਪੀ ਯੂ ਦੇ ਬੱਚੇ ਜਾਂ ਉੱਥੋਂ ਦੇ ਸਟਾਫ ਸੁਣ ਰਿਹਾ, ਅਤੇ ਉੱਥੇ ਤੁਸੀਂ ਜਿਹੜਾ 16th ਦੀ ਈਵਨਿੰਗ ਮੇਰਾ ਗੈਸਟ ਲੈਕਚਰ ਆ, ਸੋ ਉੱਥੇ 50 ਰੁਪੀਜ਼ ਪਰ ਸਟੂਡੈਂਟ ਜਾਂ ਪਰ ਐਂਟਰੀ ਟਿਕਟ ਰੱਖੀ ਗਈ ਆ, ਜਿਹੜਾ ਕਿ ਫੰਡ ਰੇਜ਼ ਕਰਨ ਲਈ ਹੀ ਰੱਖੀ ਗਈ ਆ। ਸੋ ਜੋ ਵੀ ਸਾਡੀ ਕਲੈਕਸ਼ਨ ਹੋਏਗੀ ਉਹ ਪਹਿਲ ਜਿਹੜੀ ਕਿ ਐਲ ਪੀ ਯੂ ਦੇ ਵਿੱਚ ਬੱਚੇ ਔਰਗਨਾਈਜੇਸ਼ਨ ਇੱਕ ਚਲਾਉਂਦੇ ਨੇ ਅਤੇ ਸਾਡੀ ਐਨ ਜੀ ਓ ਦੇ ਵਿੱਚ ਉਹਨੂੰ ਡਿਸਟ੍ਰੀਬਿਊਟ ਕਰ ਦਿੱਤਾ ਜਾਏਗਾ। ਸੋ ਅਸੀਂ ਇੱਕ ਸਪੈਸ਼ਲ ਗੈਸਟ ਲੈਕਚਰ ਕਰ ਰਹੇ ਹਾਂ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ 'ਚ ਈਵਨਿੰਗ ਦੇ ਵਿੱਚ 5:30 ਦੇ ਕਰੀਬ। ਸੋ ਉੱਥੇ ਜੇ ਤੁਹਾਨੂੰ ਕੋਈ ਵੀ ਉਹਦੀ ਡਿਟੇਲ ਚਾਹੀਦੀ ਹੈ ਮੇਰਾ ਨੰਬਰ ਹੈਗਾ, ਇੱਥੇ ਤੁਸੀਂ ਕਾਲ ਕਰ ਸਕਦੇ ਹੋ ਇਸ ਲਾਈਵ ਵੀਡੀਓ ਦੇ ਵਿੱਚ। ਸੋ ਈਵਨਿੰਗ ਦੇ ਵਿੱਚ ਸਾਡਾ ਲੈਕਚਰ ਹੈ, ਪਲੱਸ ਫੁੱਲ ਡੇ ਉਸ ਦਿਨ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਵਿੱਚ ਫੰਡ ਰੇਜ਼ਿੰਗ ਜਿਹੜੀਆਂ ਗੇਮਸ ਚੈਰਿਟੀ ਗੇਮ ਪੂਰਾ ਉੱਥੇ ਕਰਾਇਆ ਜਾਏਗਾ। ਸੋ ਉਹਦੇ ਲਈ ਵੀ ਸਾਨੂੰ ਜੇ ਕੋਈ ਜੂਸਿਸ ਜਾਂ ਕੋਲਡ ਡਰਿੰਕ ਜਿਹੜਾ ਵਾ ਸੋਫਟ ਡਰਿੰਕ ਸਪੋਂਸਰ ਕਰ ਸਕਦਾ ਤਾਂ ਤੁਸੀਂ ਜ਼ਰੂਰ ਇਸ ਨੰਬਰ 'ਤੇ ਮੇਰਾ ਜਿਹੜਾ ਲਾਈਵ ਵੀਡੀਓ 'ਚ ਨੰਬਰ ਹੈ ਉੱਥੇ ਕਾਲ ਕਰਕੇ ਸਾਡੀ ਹੈਲਪ ਕਰੋ ਉਸ ਫੁੱਲ ਡੇ ਈਵੈਂਟ ਲਈ। ਗੈਸਟ ਲੈਕਚਰ ਤੋਂ ਪਹਿਲਾਂ ਜਿਹੜਾ ਫੁੱਲ ਡੇ ਈਵੈਂਟ ਹੋਣਾ ਹੈ ਗੇਮਸ ਵਾਲਾ, ਉਹਦੇ ਵਿੱਚ ਸਾਨੂੰ ਗੇਮਸ ਦੇ ਵਿੱਚ ਕਿ ਬੱਚੇ ਸੋਫਟ ਡਰਿੰਕ ਜਾਂ ਜੂਸਿਸ ਜਿੱਤ ਜਾਣ ਅਤੇ ਸਾਨੂੰ ਮੈਕਸੀਮਮ ਗੇਮਸ ਤੋਂ ਜਿਹੜਾ ਫੰਡ ਰੇਜ਼ ਹੋਵੇ। ਸੋ ਜੇ ਤੁਸੀਂ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਵਿੱਚ ਹੋਣ ਵਾਲਾ ਜਿਹੜਾ ਈਵੈਂਟ ਆ ਫਨ ਚੈਰਿਟੀ ਜਿਹੜੀਆਂ ਗੇਮਸ ਹੋਣੀਆਂ ਉਹਦੇ ਵਿੱਚ ਜੇ ਤੁਸੀਂ ਸਾਨੂੰ ਸੋਫਟ ਡਰਿੰਕਸ ਜਾਂ ਜੂਸਿਸ ਸਪੋਂਸਰ ਕਰ ਸਕਦੇ ਹੋ ਅਤੇ ਤਾਂ ਵੀ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ। ਬੜੀ ਥੈਂਕਫੁੱਲ ਹੋਵਾਂਗੀ ਤੁਹਾਡੀ ਕਿ ਜਿਵੇਂ ਤੁਸੀਂ ਹਰ ਮਾਲ ਦੇ ਵਿੱਚ ਵੀ ਸਾਡੀ ਪੂਰੀ ਮਦਦ ਕਰਦੇ ਹੋ ਕਿ ਸਾਡੇ ਜਿਹੜੇ ਹਮੇਸ਼ਾ ਸਪੋਂਸਰ ਸਾਡੇ ਹੋਏ ਹੁੰਦੇ ਨੇ ਅਤੇ ਗੇਮਸ ਅਸੀਂ ਅੱਛੀਆਂ ਖਿਡਾ ਪਾਉਂਦੇ ਹਾਂ। ਸੋ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਟੈਡ ਐਡ ਕਲੱਬ। ਸੋ ਟੈਡ ਐਕਸ ਮੈਂ ਪਹਿਲਾਂ ਵੀ ਦੱਸਿਆ ਹੈ, ਜਿਵੇਂ ਕਿ 2 ਵਾਰ ਹੁਣ ਤੱਕ ਮੈਨੂੰ ਟੈਡ ਐਕਸ ਵਿੱਚ ਜਾ ਕੇ ਬੋਲਣ ਦਾ ਮੌਕਾ ਮਿਲਿਆ ਟੈਡ ਐਕਸ ਦੀ ਸਟੇਜ 'ਤੇ। ਕਿਸੇ ਵੀ ਸਪੀਕਰ ਦਾ ਕਿਸੇ ਵੀ ਬੁਲਾਰੇ ਦਾ ਇਹ ਡਰੀਮ ਹੁੰਦਾ ਹੈ ਕਿ ਉਹ ਟੈਡ ਐਕਸ ਦੀ ਸਟੇਜ 'ਤੇ ਜਾ ਕੇ ਬੋਲੇ। ਸੋ ਮੈਨੂੰ ਟਾਂਗਰਾ ਦੇ ਵਿੱਚ ਰਹਿੰਦੇ ਹੋਏ ਪਿੰਡ 'ਚ ਰਹਿੰਦੇ 2 ਵਾਰੀ ਮੌਕਾ ਮਿਲਿਆ ਮੈਨੂੰ ਟੈਡ ਸਟੇਜ 'ਤੇ ਜਾ ਕੇ ਟੈਡ ਐਕਸ ਸਟੇਜ 'ਤੇ ਜਾ ਕੇ ਬੋਲਣ ਦਾ। ਸੋ ਫਸਟ ਟਾਈਮ ਮੈਂ ਆਈ ਐਮ ਕਾਸ਼ੀਪੁਰ ਵਿੱਚ ਜਾ ਕੇ ਬੋਲਿਆ ਸੀ, ਸੈਕਿੰਡ ਟਾਈਮ ਮੈਂ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦੇ ਵਿੱਚ ਹੀ ਟੈਡ ਐਕਸ ਈਵੈਂਟ ਹੋਇਆ ਸੀ। ਸੋ ਥਰਡ ਟਾਈਮ ਮੈਨੂੰ ਰਿਆਤਵਾੜਾ ਯੂਨੀਵਰਸਿਟੀ 'ਚ ਇਨਵੀਟੇਸ਼ਨ ਆਇਆ ਸੀ ਬਟ ਕਿਸੇ ਕਾਰਨ ਮੈਂ ਜਾ ਨਹੀਂ ਪਾਈ। ਅਤੇ ਹੁਣ ਲੁਧਿਆਣਾ ਦੇ ਵਿੱਚ ਟੈਡ ਐਡ ਕਲੱਬ ਰਿਤਿਕਾ ਮੈਮ ਜਿਹਨੂੰ ਰਨ ਕਰਦੇ ਨੇ, ਸੋ ਲੁਧਿਆਣਾ ਨਿਵਾਸੀ ਜ਼ਰੂਰ ਮੈਨੂੰ ਇਸ ਗੱਲ ਵੱਲ ਧਿਆਨ ਦੇਣ। ਸੋ ਰਿਤਿਕਾ ਮੈਮ ਨੂੰ ਰਨ ਕਰਦੇ ਨੇ ਟੈਡ ਐਡ ਕਲੱਬ, ਤੁਸੀਂ ਸਰਚ ਕਰ ਸਕਦੇ ਹੋ ਇੰਟਰਨੈਟ 'ਤੇ TED ED। ਸੋ ਟੈਡ ਐਡ ਕਲੱਬ, ਸੋ ਟੈਡ ਬੜਾ ਰਿਨੋਨਡ ਪਲੈਟਫਾਰਮ ਆ ਜਿਹਦੇ 'ਤੇ ਅੱਛੇ ਤੋਂ ਅੱਛੇ ਸਪੀਕਰ ਨੂੰ ਬੁਲਾਉਣ ਦੀ ਉੱਥੇ ਹਮੇਸ਼ਾ ਹੀ ਟੈਡ ਐਕਸ ਜਿਹੜੇ ਈਵੈਂਟ ਕੰਡਕਟ ਕਰਦੇ ਉਹਨਾਂ ਦੀ ਹਮੇਸ਼ਾ ਚਾਹ ਹੁੰਦੀ ਹੈ ਕਿ ਵਧੀਆ ਤੋਂ ਵਧੀਆ ਜਿਹੜਾ ਸਪੀਕਰ ਉੱਥੇ ਬੁਲਾਇਆ ਜਾਵੇ। ਯੂਟਿਊਬ 'ਤੇ ਤੁਸੀਂ ਟੈਡ ਐਕਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੇਖ ਸਕਦੇ ਹੋ ਜੋ ਕਿ ਬਹੁਤ ਮੋਟੀਵੇਸ਼ਨਲ ਆ, ਬਹੁਤ ਨੌਲੇਜੇਬਲ ਆ ਬੱਚਿਆਂ ਵਾਸਤੇ, ਸਾਰਿਆਂ ਦੇ ਵਾਸਤੇ। ਸੋ ਟੈਡ ਐਡ ਕਲੱਬ ਰਿਤਿਕਾ ਜੀ ਨੇ ਉੱਥੇ ਸਟਾਰਟ ਕੀਤਾ ਲੁਧਿਆਣਾ ਦੇ ਵਿੱਚ ਸਪੀਕਰਸ ਨੂੰ ਪ੍ਰੈਪਰੇਸ਼ਨ ਕਰਾਉਣ ਵਾਸਤੇ ਤਾਂ ਕਿ ਉਹ ਟੈਡ ਐਕਸ ਵਾਲੇ ਜਾਂ ਟੈਡ ਈਵੈਂਟਸ 'ਤੇ ਜਾ ਕੇ ਬੋਲ ਸਕਣ। ਸੋ ਆਪਣੇ ਸ਼ਹਿਰ ਦੇ ਵਿੱਚ ਸਪੀਕਰ ਰੈਡੀ ਕਰ ਰਹੇ ਨੇ ਬੱਚੇ ਆ ਉਹਨਾਂ ਦੇ ਟੈਡ ਐਡ ਕਲੱਬ ਵਿੱਚ। ਸੋ ਆਪਣੇ ਸ਼ਹਿਰ ਵਿੱਚ ਜਿਹੜੇ ਆ ਉਹ ਸਪੀਕਰਸ ਅੱਛੇ ਸਪੀਕਰਸ ਜਿਹੜੇ ਆ ਉਹਨਾਂ ਨੂੰ ਪ੍ਰੈਪਰੇਸ਼ਨ ਕਰਾ ਰਹੇ ਨੇ। ਸੋ ਉਹਨਾਂ ਦਾ ਇੱਕ ਈਵੈਂਟ ਆ ਪਾਰਕ ਪਲਾਜ਼ਾ ਦੇ ਵਿੱਚ 18th ਨੂੰ।
ਸੋ 18th ਨਵੰਬਰ ਨੂੰ ਪਾਰਕ ਪਲਾਜ਼ਾ ਦੇ ਵਿੱਚ 5 ਟੂ 7 ਦਾ ਜਿਹੜਾ ਇੱਕ ਪੂਰਾ ਈਵੈਂਟ ਆ, ਲੁਧਿਆਣਾ ਨਿਵਾਸੀ ਉੱਥੇ ਆ ਸਕਦੇ ਨੇ। ਸੋ 800 ਜਿਹੜੀ ਆ ਉਹ ਐਂਟਰੀ ਟਿਕਟ ਆ ਉਹਦੇ ਵਾਸਤੇ, ਅਤੇ ਉੱਥੇ ਮੇਰਾ ਲੈਕਚਰ ਹੋਏਗਾ। ਮੈਨੂੰ ਐਜ਼ ਏ ਗੈਸਟ ਉੱਥੇ ਬੁਲਾਇਆ ਗਿਆ ਉਸ ਦਿਨ ਅਤੇ 18th ਨੂੰ ਅਸੀਂ ਲੁਧਿਆਣੇ ਹੋਵਾਂਗੇ ਮੋਰਨਿੰਗ ਦੇ ਵਿੱਚ। 18th ਨੂੰ ਅਸੀਂ ਪਲਾਨ ਕਰ ਰਹੇ ਹਾਂ ਕਿ ਇੱਕ ਸ਼ੂ ਗਿਵਿੰਗ ਕੈਂਪੇਨ ਅਸੀਂ ਉੱਥੇ ਕਰਾਂਗੇ। ਸੋ ਉਹਦਾ ਹਜੇ ਫਾਈਨਲਾਈਜੇਸ਼ਨ ਨਹੀਂ ਹੋਈ, ਉਹ ਅਨਾਊਂਸ ਹੋ ਜਾਏਗਾ ਜੇ ਸ਼ੂ ਗਿਵਿੰਗ ਕੈਂਪੇਨ ਜਿਹੜਾ ਉਹ 18th ਨੂੰ ਉੱਥੇ ਹੋਏਗਾ। ਫਿਰ ਅਸੀਂ 21st ਨਵੰਬਰ ਨੂੰ ਅਸੀਂ ਹਾਇਤ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਫੰਡ ਰੇਜ਼ਿੰਗ ਡਿਨਰ ਔਰਗਨਾਈਜ਼ ਕਰ ਰਹੇ ਹਾਂ। ਸੋ ਬਹੁਤ ਜਿਹੜਾ ਵਾ ਸਿਲੈਕਟਿਡ ਹੀ ਇਸ ਈਵੈਂਟ ਦੇ ਵਿੱਚ ਜਿਹੜਾ ਵਾ ਉਹ ਇਨਵਾਈਟਸ ਹੋਣਗੇ। ਮੈਕਸੀਮਮ ਸਾਡੀ ਕੋਸ਼ਿਸ਼ ਹੈ ਕਿ ਇਸ ਈਵੈਂਟ ਨੂੰ ਜਿਹੜਾ ਟਿਕਟਸ ਖਰੀਦੀਆਂ ਜਾਣ ਅਤੇ ਫਿਰ ਇਸ ਈਵੈਂਟ 'ਤੇ ਜਿਹੜੇ ਆ ਉਹ ਸਾਰੇ ਆਉਣ। ਮੈਂ ਬਹੁਤ ਸਾਰੀ ਬਿਕੋਜ਼ ਇਹ ਬੜਾ ਡਿਫਰੈਂਟ ਕਾਇੰਡ ਈਵੈਂਟ ਆ ਕਿ ਫੰਡ ਰੇਜ਼ਿੰਗ ਡਿਨਰ ਔਰਗਨਾਈਜ਼ ਕੀਤਾ, ਬੜੀਆਂ ਰੇਅਰ ਕੋਈ NGOs ਹੋਏਗੀਆਂ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਈਵੈਂਟ ਇੱਥੇ ਕਰਦੀਆਂ। ਸੋ ਬਹੁਤ ਸਾਰਾ ਮੇਰਾ ਕੰਮ ਸ਼ਾਇਦ ਤੁਹਾਨੂੰ ਵੱਖਰਾ ਲੱਗਦਾ ਹੋਏਗਾ ਕਿ ਨਵੀਆਂ ਨਵੀਆਂ ਚੀਜ਼ਾਂ ਆ, ਜਾਂ ਕਈ ਵਾਰੀ ਕਈਆਂ ਦੇ ਮਨ 'ਚ ਆਏਗਾ ਕਿ ਬੜਾ ਹਾਈ ਫਾਈ ਅਸੀਂ ਕਰ ਰਹੇ ਹਾਂ ਬਿਕੋਜ਼ ਹਾਇਤ ਜਿੱਦਾਂ 5-star ਹੈ। ਸੋ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਹਮੇਸ਼ਾ ਰਿਸਰਚ ਰਹਿੰਦੀ ਹੈ, ਹਮੇਸ਼ਾ ਮੈਂ ਪੜ੍ਹਦੀ ਰਹਿੰਦੀ ਇਸ ਬਾਰੇ। ਹਮੇਸ਼ਾ ਹੀ ਮੈਨੂੰ ਇਹੀ ਹੁੰਦਾ ਕਿ ਮੈਂ ਦੇਖਾਂ ਕਿ ਦੂਜੀਆਂ ਜਿਹੜੀਆਂ ਔਰਗਨਾਈਜੇਸ਼ਨਸ ਆ ਵਰਲਡ ਵਾਈਡ ਉਹ ਕਿੱਦਾਂ ਕੰਮ ਕਰਦੀਆਂ ਨੇ, ਕਿੱਦਾਂ ਫੰਡ ਰੇਜ਼ ਕਰਦੀਆਂ ਨੇ। ਸੋ ਉੱਥੋਂ ਮੈਂ ਆਈਡੀਆਜ਼ ਕੱਢਦੀ ਰਹਿੰਦੀ ਅਤੇ ਮੈਂ ਉਹਨਾਂ ਨੂੰ ਟਰਾਈ ਕਰਨਾ ਚਾਹੁੰਦੀ ਹਾਂ। ਸੋ ਇਹੀ ਇੱਕ ਕਾਰਨ ਆ ਕਿ ਡਿਫਰੈਂਟ ਜਿੱਦਾਂ ਕਿ ਚੈਰਿਟੀ, ਜਿੱਦਾਂ ਅਸੀਂ ਮਾਲ ਇਵੈਂਟਸ ਕੀਤੇ ਬੜੇ ਲਗਾਤਾਰ, ਸਾਡੇ ਬੜੇ ਸਕਸੈਸਫੁਲ ਰਹੇ। ਮੈਨੂੰ ਵੀ ਬੜਾ ਅੱਛਾ ਲੱਗਾ ਕਿ ਹਾਂ ਅਸੀਂ ਕਿਸੇ ਤੋਂ ਪੈਸੇ ਮੰਗਣ ਦੀ ਬਜਾਏ ਆਪਣੇ ਆਪ ਹੀ ਮਿਹਨਤ ਕਰਕੇ ਆਪਣੀ NGO 'ਚ ਅਸੀਂ ਫੰਡ ਰੇਜ਼ ਕੀਤੇ ਨੇ। ਬਹੁਤ ਵਾਰੀ ਸਾਨੂੰ ਨੁਕਸਾਨ ਵੀ ਹੋਇਆ, ਜਿਵੇਂ ਕਿ ਅਸੀਂ MBD ਨਿਊਪੋਲਿਸ ਗਏ ਸੀ, 5000 ਵੀ ਸਾਡੀ ਕਲੈਕਸ਼ਨ ਨਹੀਂ ਹੋਈ ਅਤੇ 12,000-14,000 ਦਾ ਸਾਡਾ ਖਰਚਾ ਹੋ ਗਿਆ ਸਾਰਾ। ਸੋ ਅਤੇ ਬਹੁਤ ਸਾਰੇ ਜਿੱਦਾਂ ਆਪਾਂ ਲੁਧਿਆਣੇ ਗਏ ਅਤੇ ਸਾਡਾ ਨੀਅਰਲੀ 1 lakh ਦਾ ਸਾਡਾ ਫੰਡ ਰੇਜ਼ ਹੋ ਗਿਆ। ਸੋ ਬੜੀ ਵਾਰੀ ਸਾਡਾ ਨੁਕਸਾਨ ਵੀ ਹੋ ਜਾਂਦਾ ਅਤੇ ਬੜੀ ਵਾਰੀ ਸਾਡਾ ਫਾਇਦਾ ਵੀ ਹੋ ਜਾਂਦਾ। ਸੋ ਇਸ ਤਰ੍ਹਾਂ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਪ੍ਰਿਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਆਪ ਨੂੰ ਇੱਕ ਬੈਟਰ ਈਵੈਂਟ ਲਈ, ਜਾਂ ਹਮੇਸ਼ਾ ਟ੍ਰਾਇਲ ਕਰਦੇ ਰਹਿੰਦੇ। ਸੋ ਪਲੀਜ਼ ਇਹਨੂੰ ਰੈਗੂਲਰਲੀ ਐਕਸੈਪਟ ਕਰਦੇ ਰਹੋ ਅਤੇ ਮੈਨੂੰ ਹਮੇਸ਼ਾ ਹੀ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਸਾਡੀ ਟੀਮ ਜਿਹੜੀ ਆ ਉਹਨੂੰ ਬਹੁਤ ਹੱਲਾਸ਼ੇਰੀ ਦੀ ਲੋੜ ਆ ਬਿਕੋਜ਼ ਨਵੀਆਂ ਨਵੀਆਂ ਚੀਜ਼ਾਂ ਸਾਰਿਆਂ ਲਈ ਨਵੀਆਂ। ਸੋ 21st ਨੂੰ ਅਸੀਂ ਹਾਇਤ ਅੰਮ੍ਰਿਤਸਰ, ਮਾਲ ਆਫ ਅੰਮ੍ਰਿਤਸਰ ਦੇ ਨਾਲ ਜਿਹੜਾ ਹੋਟਲ ਹੈ ਉੱਥੇ ਅਸੀਂ ਆਪਣਾ ਫੰਡ ਰੇਜ਼ਿੰਗ ਡਿਨਰ ਜਿਹੜਾ ਉਹ ਆਰਗਨਾਈਜ਼ ਕਰ ਰਹੇ ਹਾਂ। 3,000 rupees ਪਰ ਪਰਸਨ ਉਹਦੀ ਅਸੀਂ ਟਿਕਟ ਰੱਖੀ ਆ। ਕੋਸ਼ਿਸ਼ ਹੈ ਸਾਡੀ ਕਿ ਸਪੋਂਸਰਸ ਅਸੀਂ ਲੱਭੀਏ ਅਤੇ ਮੈਕਸੀਮਮ ਸਾਡਾ ਜਿਹੜਾ ਈਵੈਂਟ ਕੋਸਟ ਆ ਸਪੋਂਸਰ ਹੋ ਜਾਵੇ, ਤਾਂ ਕਿ ਜਿਹੜਾ ਤੁਸੀਂ 3,000 ਉਸ ਈਵੈਂਟ ਲਈ ਸਾਨੂੰ ਪੇ ਕਰ ਰਹੇ ਹੋ ਸਿੱਧਾ ਹੀ ਪੂਰੇ ਦਾ ਪੂਰਾ ਹੀ NGO ਨੂੰ ਡੋਨੇਟ ਹੋ ਜਾਵੇ। ਜੇ ਸਾਨੂੰ ਸਪੋਂਸਰਸ ਨਹੀਂ ਲੱਭਦੇ ਤਾਂ ਫਿਰ ਸਾਨੂੰ ਜਿਹੜੀ ਕਲੈਕਸ਼ਨ ਅਮਾਊਂਟ ਹੋਏਗੀ ਉਹਦੇ ਵਿੱਚੋਂ ਹੀ ਅਸੀਂ ਆਪਣਾ ਬਿੱਲ ਪੇ ਕਰਾਂਗੇ। ਸੋ ਐਵਰੀਥਿੰਗ ਇਜ਼ ਬੜਾ ਕਲੀਅਰ ਕੱਟ ਤਰੀਕਾ ਹੈ ਹਰ ਕੰਮ ਨੂੰ ਕਰਨ ਦਾ। ਸੋ ਮੇਰੀ ਬੜੀ ਇੱਛਾ ਹੈ ਕਿ ਇਸ ਈਵੈਂਟ ਵਿੱਚ ਸਾਡੇ ਕੋਲ ਮਿਨੀਮਮ 100 ਦੀ ਗੈਦਰਿੰਗ ਹੋਵੇ ਅਤੇ ਮੈਕਸੀਮਮ 150 ਅਸੀਂ ਇਹਦੇ ਲਈ ਰੱਖਿਆ। ਸੋ ਜੇ ਤੁਸੀਂ ਅੰਮ੍ਰਿਤਸਰ 'ਚ ਰਹਿੰਦੇ ਹੋ ਜਾਂ ਅੰਮ੍ਰਿਤਸਰ ਦੇ ਲਾਗੇ ਰਹਿੰਦੇ ਹੋ ਜਾਂ ਆਪਣੀ ਫੈਮਿਲੀ ਨਾਲ ਇਸ ਈਵੈਂਟ 'ਤੇ ਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਆਓ। ਸੋ 3,000 rupees ਪਰ ਉੱਦਾਂ ਵੀ ਆਪਾਂ ਡੋਨੇਸ਼ਨ ਕਰ ਦਿੰਦੇ ਹਾਂ NGO ਨੂੰ। ਸੋ ਇਸ ਤਰ੍ਹਾਂ ਵੀ ਥੋੜ੍ਹਾ ਇੱਕ ਡਿਫਰੈਂਟ ਸਾਡਾ ਜਿਹੜਾ ਵਾ ਉਹ ਤਰੀਕੇ ਦਾ ਇੱਕ ਈਵੈਂਟ ਆ। ਸੋ ਮੈਨੂੰ ਇਹਦੇ ਵਿੱਚ ਵੀ ਤੁਹਾਡੀ ਸਪੋਰਟ ਚਾਹੀਦੀ ਆ ਕਿ ਪਰ ਪਰਸਨ ਜਿਹੜੀ ਆ 3,000 rupees ਅਸੀਂ ਟਿਕਟ ਰੱਖੀ ਆ ਉਸ ਦਿਨ ਦੀ, ਜੋ ਕਿ ਅਸੀਂ ਚੈਰਿਟੀ ਲਈ ਮਿਨੀਮਮ 50% ਕੋਸਟ ਅਸੀਂ ਜਿਹੜੀ ਆ ਉਹਨੂੰ ਅਸੀਂ 1500 ਜੋ ਉਹਦੇ ਵਿੱਚੋਂ ਉਹ ਅਸੀਂ ਐਜ਼ ਏ ਚੈਰਿਟੀ ਡਾਇਰੈਕਟਲੀ NGO ਨੂੰ ਜਿਹੜਾ ਉਹ ਜਾਏਗਾ, ਅਤੇ 1500 ਅਸੀਂ ਈਵੈਂਟ ਕੋਸਟ ਰੱਖੀ ਆ ਅਤੇ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਪੋਂਸਰਸ ਲੱਭ ਜਾਣ ਤਾਂ ਕਿ ਟੋਟਲ ਕੋਸਟ ਹੀ ਅਸੀਂ ਜਿਹੜੀ ਆ ਉਹ NGO ਨੂੰ ਅਸੀਂ ਫੁੱਲ ਦੀ ਫੁੱਲ ਜਿਹੜੀ ਆ ਉਹ ਡੋਨੇਟ ਕਰ ਦਈਏ। ਸੋ ਇਹ ਵੀ ਮੇਰਾ ਇੱਕ ਤਰੀਕਾ ਹੈ, ਇੱਕ ਮੇਰੀ ਕੋਸ਼ਿਸ਼ ਆ ਕਿ ਅਸੀਂ ਫੰਡ ਰੇਜ਼ ਕਰੀਏ। ਇੱਕ ਆਈਡੀਆ ਵਾ ਸਾਰੀ ਟੀਮ ਦਾ ਕਿ ਕਿਸ ਤਰ੍ਹਾਂ ਅਸੀਂ ਖੁਦ ਫੰਡ ਰੇਜ਼ ਕਰ ਸਕਦੇ ਹਾਂ, ਰਾਦਰ ਦੈਨ ਕਿ ਹੱਥ 'ਤੇ ਹੱਥ ਧਰ ਕੇ ਅਸੀਂ ਫੰਡ ਦੀ ਜਿਹੜੀ ਆ ਉਹ ਵੇਟ ਕਰਦੇ ਰਹੀਏ। ਸੋ ਇਸ ਈਵੈਂਟ ਦੇ ਵਿੱਚ ਮੈਂ ਖੁਦ ਹੁਣ ਤੱਕ ਦਾ ਆਪਣਾ ਸਫ਼ਰ ਪੂਰਾ ਸ਼ੇਅਰ ਕਰਾਂਗੀ। ਸ਼ਾਇਦ ਤੁਸੀਂ ਮੇਰਾ ਗੈਸਟ ਲੈਕਚਰ ਬਹੁਤ ਘੱਟ ਸੁਣਿਆ ਹੋਵੇ ਜਾਂ ਨਾ ਸੁਣਿਆ ਹੋਵੇ। ਸੋ ਇੱਕ ਮੌਕਾ ਹੈ ਜਿੱਥੇ ਪਹਿਲੀ ਵਾਰੀ ਮੈਂ ਵੀ ਆਪਣੇ ਦਿਲ ਦੀ ਗੱਲ ਕਰਾਂਗੀ, ਪਹਿਲੀ ਵਾਰੀ ਮੈਂ ਵੀ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਚਾਹਾਂਗੀ। ਹੁਣ ਤੱਕ ਦਾ ਆਪਣਾ ਸਫ਼ਰ ਜਿਹੜਾ ਵਾ, ਜਿਹੜੇ ਵੀ ਉਸ ਈਵੈਂਟ 'ਚ ਆਉਣਗੇ ਉਹ ਮੈਂ ਸ਼ੇਅਰ ਕਰਾਂਗੀ। ਅਤੇ ਨਾਲ ਮੈਂ ਕੋਸ਼ਿਸ਼ ਕੀਤੀ ਆ ਕਿ ਗੈਸਟ ਨੂੰ ਉੱਥੇ ਇਨਵਾਈਟ ਕੀਤਾ ਜਾਏ।
स्पेशली ये मेरी कोशिश है कि एक यू नो जिन्ना हेल्दी इवेंट असी बनाइए वह असी कोशिश करिए बनाने की. सो फर्स्ट तो अनम हाशिम जो कि इंडिया की पूरे इंडिया की फर्स्ट फीमेल मोटरबाइक एथलीट आ. सो अनम हाशिम ने सानू कन्फर्म किया कि वो इस इवेंट विच आणगे. सो अनम जिहड़ी है सब तो पहला शी वॉज इंडियाज यंगेस्ट जिहड़ा स्टंट बाइक स्टंट यू नो बाइक राइडर सी. कि फर्स्ट पहली कुड़ी सी पूरे इंडिया की जो कि स्टंट मोटरबाइक नाल स्टंट जिहड़ी है कर पाते सी ते बहुत छोटी एज दे विच. ते इस टाइम शी इज़ द ओनली स्टंट बाइक दी मोटरबाइक दी जो कि अंदर की एथलीट आ जो कि इंडिया नू प्रेजेंट कर दी है डिफरेंट डिफरेंट जिहड़े ईवेंट्स हुंदे आ इंडिया तो बाहर या इंडिया दे विच भी. टीवीएस स्कूटी दी ओ ब्रांड एंबेसडर ने. सो मेरे नाल ओ टेडएक्स आई एम काशीपुर दे विच शी वॉज द स्पीकर. सो अनम नू मैं इत्थे इनवाइट किया. सो मैनू बड़ी खुशी है कि पहली पहली बार अनम जो है अमृतसर आएगी तो सारे ना इंटरैक्ट भी करेगी कि इन्नी छोटी एज दे विच इन्ना सक्सेसफुल होना प्लस एक यू नो यूथ नू इस पासे खिंचना कि एनजीओ इवेंट्स विच वो अपना इंटरेस्ट दिखाण. सो इस तरह कोशिश कीती है मैं कि जिहड़ा यंग टैलेंट आ जिहड़े कि जिहदा स्टंट राइडिंग कर रही है एक लड़की जिन्हों इन्ने ज़्यादा यू नो सारे ओदे वर्गा बनना चाहते ने बहुत सारे जिहड़े कि हाई प्रोफाइल भी फैमिलीज तुसीं कह सकते हो कि ओदे वर्गे बट ओदा भी इंटरस्ट जिहड़ा एनजीओ सोशल वर्क वाल है. सो इस चीज़ का कॉम्बीनेशन मैं बनाना चाहनी प्लस ओदी सक्सैस जर्नी असीं जरूर उत्थे सुणांगे. तो नाल नाल ही दर्शन सिंह जी जिन्हां नूं तुसीं पम्मा डूमेवाल दे नाम ते जानदे हो. सो सब तो पहला मैं उन्हां दा गाना सुनिया सी महलां वाले यू नो खाण गोलियां नींद दियां कुलियां वाले बिना बिस्तरे सुते वेखे ने. सो मैं किसी भी सैलैब्रिटी नूं कदी भी बायस्ड नहीं हुंदी ते ना ही मैनू इदा कदी होया कि मैनू कोई कह रहा है ते तां करके मैं उन्हां दा कुछ शेयर करदी हाँ जो मैनू अच्छा लगता हो मैं शेयर करदी. रेयर केस कदी हो जाए तो हो जाए. सो उन्हां दा मैनू गाना बहुत ज़्यादा अच्छा लगा सी कि कुलियां वाले बिना बिस्तरे सुते वेखे ने. सो मैनू लगता कि वो एक एहो जे सिंगर ने सारे सिंगर्स दे कोई ना कोई सोंग ते चलो हुंदा ही इदा. सो बिल्कुल लेटेस्ट चेहरा कह सकते हैं ते सोंग जिहड़ा बड़ा सोहना लिखिया है. सो मैं उन्हां नू भी वेख्या सी अपने प्रोफाइल च कि जिन्हां ने सोंग लिखिया है. सो कोशिश करांगे कि किसी इवेंट च उन्हां नू भी असीं सदीए जिन्हां दे इन्ना अच्छा थॉट प्रोसैस है ते गाया बड़ा सोहना है. सो उस सोंग नू जिहड़ा वा मैं अपने एनजीओ इवेंट विच अपनी टीम दे यू नो दी प्रेजेंस दे विच या जिन्नी ऑडियंस होएगी उन्नू यू नो मैं चाहनी कि असीं सारे उन्हां नू सुणीए इस सोंग नू सुणीए या साडे साडा थॉट प्रोसैस जिहड़ियां जिहड़े वर्ड्स चेंज कर सकन ओ बेस्ट तो बेस्ट असीं जिहड़े लिरिक्स आ ओ असीं सुणीए. सो उन्हां नू मैं रिक्वेस्ट कीती कि वो इस सोंग जिहड़ा है वो सानू उदन जिदन आपां हायत अमृतसर साडा इवेंट होएगा उन्नू प्रेजेंट करन. सो बहुत बहुत शुक्रिया उन्हां दी कन्फर्मेशन ली. सो उन्हां दी फैमिली नूं भी आपां उदन मिलांगे. ते अनमोल क्वात्रा सारयां दे बड़े फेवरेट ने. सो बड़ा यंग चेहरा है अनमोल भी ते उन्हां दा काम मैं हमेशा ही देखदी रहनी आ. सो कदी मौका नहीं मिलिया मिलन दा ते हर ईवेंट ते हर जगह ते जिहड़ियां हर सारे एनजीओज़ नाल मैं हमेशा उन्हां नूं इनवाइट करन दी कोशिश कीती आ या असीं मिलदे ही रहने आ. सो अनमोल मैनू एक इदां दा चेहरा लगदा कि जिन्हां नूं मैं कदी मिली नहीं या कदी भी जदों साडे ईवेंट्स हुंदे ने या कोई होर एनजीओज़ भी ईवेंट्स जदों करदियां ने ते मैं बहुत रेयर वेख्या कि उन्हां दी प्रेजेंस उत्ते हैगी है. सो मेरा मन सी कि मैं अनमोल नूं बुलावां ते असीं सारे उन्हां नूं सुणीए ते थॉट प्रोसैस उन्हां दा सुणीए या उन्हां दी जर्नी या उन्हां दे मैं उन्हां नूं भी शेयर करां अपने जिहड़े डोनर्स आ वॉलंटियर्स आ जिहड़े उस दिन गैसट आ कि उन्हां दा भी काम वो देखन. सो बहुत शुक्रिया अनमोल कि तुसीं उस दिन साडे कोल आओगे ते 5-10 मिनट आपां तुहानूं भी सुणांगे ते बहुत अच्छा लगेगा मैनूं. सो अनमोल दे जिहड़े फैनस ने ओह भी इस इवेंट ते आ सकदे ने. अनम जे तुसीं स्टंट बाइकिंग तुहानूं अच्छी लगदी है मोटर बाइकिंग या तुसीं अनम नूं फॉलो करदे हो तां वी तुसीं इस इवेंट ते आ के उन्हां नूं मिल सकदे हो. जे तुसीं सोंग सुनना है लाइव
ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ ਤੇ ਤਾਂ ਵੀ ਤੁਸੀਂ ਆ ਸਕਦੇ ਹੋ। ਸੋ ਜਿਵੇਂ ਕਿ ਕਹਿ ਸਕਦੇ ਹੋ ਕਿ ਮੇਰੀ ਖੁਦ ਦੀ ਜਿਹੜੀ ਸਟੱਡੀ ਆ ਉਹ MBA ਮਾਰਕੀਟਿੰਗ ਜਿਹੜੀ ਆ ਮੈਂ ਕੀਤੀ। ਸੋ ਮੇਰਾ ਦਿਮਾਗ ਜਿਹੜਾ ਇਸ ਪਾਸੇ ਕਾਫੀ ਘੁੰਮਦਾ ਹੈ ਕਿ ਕਿਵੇਂ ਆਪਾਂ ਇੱਕ ਅੱਛਾ ਇਵੈਂਟ ਕਰ ਸਕਦੇ ਹਾਂ ਜਾਂ ਕਿਹਨੂੰ ਕਿਹਨੂੰ ਆਪਾਂ ਇਨ ਕਰੀਏ। ਸੋ ਕਰਨ ਨੂੰ ਬੜਾ ਕੁਛ ਹੋ ਸਕਦਾ ਹੈ, ਬੜੇ ਜਣੇ ਇਨਵਾਈਟ ਕੀਤਾ ਜਾ ਸਕਦਾ ਹੈ, ਬੜਾ ਕੁਛ ਹੋ ਸਕਦਾ, ਬਟ ਹਮੇਸ਼ਾ ਹੀ ਮੈਂ ਓਨਾ ਹੀ ਕੰਮ ਕੀਤਾ ਹੈ ਜਿਹੜਾ ਮੇਰੇ ਕੋਲ ਈਜ਼ੀਲੀ ਹੋ ਜੇ। ਸੋ ਉਸ ਹਿਸਾਬ ਨਾਲ ਜਿਹੜਾ ਇਵੈਂਟ ਰੱਖਿਆ ਗਿਆ। ਸੋ ਪਲੀਜ਼ ਮੇਰੇ ਜਿਹੜੇ ਸਾਡੇ ਵਿਊਅਰਸ ਨੇ ਜਾਂ ਸਾਰੇ ਜੋ ਕਿ ਸਾਨੂੰ ਫੋਲੋ ਕਰਦੇ ਨੇ, ਤੁਸੀਂ ਪਲੀਜ਼ ਹੈਲਪ ਕਰੋ ਕਿ ਮੈਕਸੀਮਮ ਜਿਹੜੀ ਆ ਸਟਰੈਂਥ ਸਾਡੀ ਹਾਇਤ ਅੰਮ੍ਰਿਤਸਰ 'ਚ ਉਸ ਦਿਨ ਹੋਵੇ। ਅਤੇ ਮੇਰੀ ਰਿਕੁਐਸਟ ਆ ਕਿ ਪਲੀਜ਼ ਆਪਣੀ ਫੈਮਿਲੀਜ਼ ਨਾਲ ਜ਼ਰੂਰ ਆਓ, ਕਿਉਂਕਿ ਮੈਨੂੰ ਬੜਾ ਅੱਛਾ ਲੱਗਦਾ ਜਦੋਂ ਮੈਂ ਈਵੈਂਟ ਵਿੱਚ ਲੇਡੀਜ਼ ਨੂੰ ਵੀ ਦੇਖਦੀ ਹਾਂ। ਨਹੀਂ ਤੇ ਸ਼ੂ ਗਿਵਿੰਗ ਕੈਂਪੇਨ ਜਾਂ ਹਰ ਜਗ੍ਹਾ ਜਿੱਥੇ ਵੀ ਮੈਂ ਜਾਂਦੀ ਮੈਂ ਜੈਂਟਸ ਹੀ ਜੈਂਟਸ ਦੇਖਦੀ। ਸੋ ਪਲੀਜ਼ ਆਪਣੀ ਸਿਸਟਰ ਨੂੰ ਜਾਂ ਆਪਣੇ ਘਰੋਂ ਆਪਣੇ ਫੈਮਿਲੀ ਮੈਂਬਰ ਨੂੰ ਆਪਣੇ ਪਾਰਟਨਰ ਨੂੰ ਠੀਕ ਹੈ ਜ਼ਰੂਰ ਤੁਸੀਂ ਉਸ ਈਵੈਂਟ 'ਤੇ ਲੈ ਕੇ ਆਓ। ਬੜਾ ਅੱਛਾ ਲੱਗੇਗਾ ਮੈਨੂੰ ਜੇ ਇੱਕ ਫੈਮਿਲੀ ਈਵੈਂਟ ਵਰਗਾ ਇਹ ਈਵੈਂਟ ਜਿਹੜਾ ਬਣ ਜਾਏਗਾ। ਸੋ ਕੋਸ਼ਿਸ਼ ਆ ਮੇਰੀ ਜਾਂ ਮੇਰੀ ਰਿਕੁਐਸਟ ਆ ਕਿ ਪਲੀਜ਼ ਤੁਸੀਂ ਇਹ ਜ਼ਰੂਰ ਮੈਸੇਜ ਸਪਰੈਡ ਕਰੋ ਕਿ ਸਾਡਾ ਹਾਇਤ ਅੰਮ੍ਰਿਤਸਰ ਦੇ ਵਿੱਚ ਜਿੱਥੇ 3000 ਰੁਪੀਸ ਪਰ ਐਂਟਰੀ ਸਾਡੀ ਟਿਕਟ ਆ ਜਿਹੜੀ ਕਿ ਐਜ਼ ਅ ਡੋਨੇਸ਼ਨ NGO ਨੂੰ ਜਾਏਗੀ। ਸੋ ਉਸ ਈਵੈਂਟ ਲਈ ਸਾਨੂੰ ਹੈਲਪ ਕਰੋ ਕਿ ਸਾਡੀਆਂ ਟਿਕਟਸ ਜਿਹੜੀਆਂ ਵਾ ਉਹ ਜਿਹੜੀਆਂ ਫੁੱਲ ਫਲੈਸ਼ਡ ਜਿਹੜੀਆਂ ਉਹ ਲਿੱਤੀਆਂ ਜਾਣ ਅਤੇ ਸਾਡਾ ਜਿਹੜਾ ਈਵੈਂਟ ਆ ਉਹ ਸਕਸੈਸਫੁਲ ਰਹੇ। ਸੋ ਬਹੁਤ ਬਹੁਤ ਇਹਦੇ ਲਈ ਸ਼ੁਕਰੀਆ ਜਿਹੜੀ ਟੀਮ ਇਹਦੇ 'ਤੇ ਕੰਮ ਕਰ ਰਹੀ ਆ, ਮੇਰੇ ਆਈਡੀਆ ਨੂੰ ਜਿਹੜੀ ਯੂਨੋ ਸਕਸੈਸਫੁਲ ਬਣਾਉਣ 'ਚ ਮੇਰੀ ਇੰਨੀ ਮਦਦ ਕਰ ਰਹੀ ਆ। ਸੋ ਸਾਰਿਆਂ ਦਾ ਬੜਾ ਸ਼ੁਕਰੀਆ। ਸੋ 25 ਤੇ 26 ਨਵੰਬਰ ਨੂੰ, 25 ਤੇ 26 ਨਵੰਬਰ ਨੂੰ ਅਸੀਂ ਨੌਰਥ ਕੰਟਰੀ ਮਾਲ ਮੋਹਾਲੀ 'ਚ ਆ ਰਹੇ ਹਾਂ। ਸੋ ਜਿੰਨੇ ਵੀ ਸਾਡੇ ਚੰਡੀਗੜ੍ਹ ਦੇ ਲੁਧਿਆਣਾ ਦੇ ਫੇਰ ਉਹ ਵੀ ਕਨੈਕਟ ਹੋ ਸਕਦੇ ਨੇ, ਰੋਪੜ ਹੋ ਗਿਆ, ਰੂਪਨਗਰ ਹੋ ਗਿਆ, ਮੋਹਾਲੀ, ਸਾਰੇ ਜ਼ੀਰਕਪੁਰ, ਪੰਚਕੁਲਾ, ਜਿੰਨੇ ਇੱਥੇ ਸਾਡੇ ਵਿਊਅਰਸ ਨੇ ਸਾਰੇ ਨੌਰਥ ਕੰਟਰੀ ਮਾਲ ਆ ਕੇ ਸਾਨੂੰ 25 ਤੇ 26 ਤਰੀਕ ਨੂੰ ਮਿਲ ਸਕਦੇ ਨੇ। ਮੈਂ ਖੁਦ ਉੱਥੇ 26th ਨੂੰ ਸੰਡੇ ਵਾਲੇ ਦਿਨ ਮੈਂ ਜ਼ਰੂਰ ਉੱਥੇ ਮੌਜੂਦ ਹੋਵਾਂਗੀ। ਸੋ 25th ਨੂੰ ਜਿਹੜੇ ਵੀ ਆ ਮੈਂ ਨਹੀਂ ਕਮਿਟ ਕਰ ਸਕਦੀ। ਸੋ 25th 26th ਨੂੰ ਸਾਡਾ ਜਿਹੜਾ ਈਵੈਂਟ ਆ ਨੌਰਥ ਕੰਟਰੀ ਮਾਲ ਦੇ ਵਿੱਚ, ਉਹਦੇ ਲਈ ਤੁਸੀਂ ਸਾਨੂੰ ਜੇ ਹੈਲਪ ਕਰ ਸਕਦੇ ਹੋ, ਸਪੋਂਸਰ ਕਰ ਸਕਦੇ ਹੋ, ਜਿਵੇਂ ਅਸੀਂ ਲੁਧਿਆਣਾ ਵਿੱਚ ਕੀਤਾ ਸੀ ਜਾਂ ਬਾਕੀ ਮਾਲਸ ਦੇ ਵਿੱਚ ਕੀਤਾ, ਸਾਨੂੰ ਫਲੈਕਸ ਪ੍ਰਿੰਟਿੰਗ ਦੀ, LEDs ਦੀ, ਜਾਂ ਸਾਨੂੰ ਉੱਥੇ ਟੋਇਜ਼ ਜਾਂ ਕੋਲਡ ਡਰਿੰਕਸ, ਸੌਫਟ ਡਰਿੰਕਸ, ਚਿਪਸ ਜਾਂ ਜੋ ਵੀ ਚੀਜ਼ਾਂ ਅਸੀਂ ਗੇਮਸ ਵਿੱਚ ਯੂਜ਼ ਕਰ ਸਕਦੇ ਹਾਂ, ਇਹਨਾਂ ਚੀਜ਼ਾਂ ਲਈ ਜੇ ਤੁਸੀਂ ਸਾਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਕਰੋ। ਅਤੇ ਡਾਇਰੈਕਟਲੀ ਤੁਸੀਂ ਆ ਕੇ ਉੱਥੇ ਵਾਲੰਟੀਅਰ ਰਜਿਸਟਰ ਹੋ ਸਕਦੇ ਹੋ ਸਾਡੇ ਨਾਲ, ਡੋਨਰ ਰਜਿਸਟਰ ਹੋ ਸਕਦੇ ਹੋ, ਡਾਇਰੈਕਟਲੀ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਉੱਥੇ ਆ ਕੇ। ਜੇ ਤੁਸੀਂ ਆਰਟਿਸਟ ਹੋ ਚੰਡੀਗੜ੍ਹ ਦੇ ਵਿੱਚ, ਫਿਰ ਤੁਸੀਂ ਆਪਣੀ ਪਰਫਾਰਮੈਂਸ ਦੇ ਸਕਦੇ ਹੋ ਬਿਲਕੁਲ ਫ੍ਰੀ ਆਫ ਕੋਸਟ, ਅਤੇ ਤੁਹਾਨੂੰ ਲਾਈਵ ਕੀਤਾ ਜਾਏਗਾ ਸਾਡੇ ਪੇਜ 'ਤੇ। ਸੋ ਜੇ ਤੁਸੀਂ ਆਰਟਿਸਟ ਹੋ ਜ਼ਰੂਰ ਆਓ ਉੱਥੇ, ਜਿਹਨੂੰ ਕਹਿੰਦੇ ਪੰਜਾਬੀ 'ਚ ਰੰਗ ਬੰਨਣਾ, ਉਹ ਬੜਾ ਜ਼ਰੂਰੀ ਆ ਕਿਉਂਕਿ ਮੌਲ ਇਵੈਂਟਸ 'ਚ ਅਸੀਂ ਰੰਗ ਬੰਨਦੇ ਹਾਂ ਅਤੇ ਤਾਂ ਹੀ ਸਾਡਾ ਪੂਰਾ ਉਹ ਸਕਸੈਸਫੁਲ ਯੂਨੋ ਉਹਨੂੰ ਪੂਰਾ ਅਸੀਂ ਫੰਡ ਕਰ ਪਾਉਂਦੇ ਹਾਂ ਜਾਂ ਉਹਦਾ ਪੂਰਾ ਖਰਚਾ ਕੱਢ ਪਾਉਂਦੇ ਹਾਂ। ਸੋ ਚੰਡੀਗੜ੍ਹ ਵਿੱਚ ਸਾਨੂੰ ਫੇਰ ਰਹਿਣਾ ਪਏਗਾ, ਸੋ ਸਾਡਾ ਖਰਚਾ ਜਿਹੜਾ ਫੇਰ ਉੱਥੇ ਹੋ ਜਾਣਾ। ਸੋ ਕੋਸ਼ਿਸ਼ ਇਹੀ ਆ ਕਿ ਤੁਹਾਨੂੰ ਨਾਲ ਨਾਲ ਜਿਹੜੀਆਂ ਅਪਡੇਟਸ ਉਹ ਦਿੰਦੇ ਰਹੀਏ। ਸੋ ਅੱਜ ਮੈਂ ਤੁਹਾਨੂੰ ਕਾਫੀ ਅਪਡੇਟਸ ਜਿਹੜੀਆਂ ਉਹ ਮੈਂ ਦੇਤੀਆਂ। ਪੂਰਾ ਮੰਥ ਜਿਹੜਾ 22 ਦਸੰਬਰ ਤੱਕ ਮੈਂ ਇੰਡੀਆ ਵਾਂ। ਸੋ ਰੋਜ਼ ਹੀ ਕੋਈ ਨਾ ਕੋਈ ਇਵੈਂਟ ਹੈ, ਰੋਜ਼ ਹੀ ਕੁਛ ਨਾ ਕੁਛ ਜਿਹੜਾ ਵਾ ਉਹ ਪੈਕਡ ਹੀ ਆ ਪੂਰਾ। ਸੋ ਤੁਹਾਨੂੰ ਲਗਾਤਾਰ ਜਿਹੜੀਆਂ ਅਪਡੇਟਸ ਆ ਉਹ ਮੈਂ ਦਿੰਦੀ ਰਹਾਂਗੀ। ਸੋ ਬਹੁਤ ਸਾਰੀਆਂ ਅੱਜ ਗੱਲਾਂ ਕੀਤੀਆਂ, ਮੈਨੂੰ ਬੜਾ ਅੱਛਾ ਲੱਗਾ। ਅਤੇ ਮੇਰਾ ਸਾਡਾ ਆਫਿਸ ਦਾ ਨੰਬਰ ਹੈ 9988771366, ਇੱਥੇ ਤੁਸੀਂ ਕਾਲ ਕਰ ਸਕਦੇ ਹੋ। ਸੋ ਸਾਡੀ ਈਮੇਲ ਆਈਡੀ ਹੈ ngo@smiles.care, ਇੱਥੇ ਤੁਸੀਂ ਈਮੇਲ ਕਰ ਸਕਦੇ ਹੋ। ਸੋ ਕੁਛ ਵੀ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਜੇ ਜ਼ਰੂਰ ਕਰੋ। ਅਤੇ ਸਾਰਿਆਂ ਦੀ ਬੜੀ ਥੈਂਕਫੁੱਲ ਆ ਜਿਹੜੇ ਮੈਨੂੰ ਫੋਟੋਜ਼ ਭੇਜਦੇ ਨੇ ਸ਼ੂ ਗਿਵਿੰਗ ਦੀਆਂ, ਅਤੇ ਬਿਲਕੁਲ ਵੀ ਤੁਸੀਂ ਝਕਣਾ ਨਹੀਂ ਆ। ਮੈਨੂੰ ਪਤਾ ਹੈ ਜਿਹੜਾ ਵੀ ਮੈਨੂੰ ਫੋਟੋ ਭੇਜਦਾ ਮੈਨੂੰ ਜ਼ਰੂਰ ਲਿਖਦਾ ਕਿ ਮੈਮ ਸ਼ੇਅਰ ਨਾ ਕਰਿਓ, ਜਾਂ ਮੈਨੂੰ ਦੱਸਣਾ ਚਾਹੁੰਦਾ ਕਿ ਹਾਂ ਆਪਾਂ ਕੀਤਾ, ਮੈਨੂੰ ਬਹੁਤ ਅੱਛਾ ਲੱਗਦਾ। ਸੋ ਅਸੀਂ ਇੱਦਾਂ ਦਾ ਪੇਜ ਨਹੀਂ ਆ ਸਾਡਾ, ਆਪਾਂ ਇੱਦਾਂ ਦੀ ਆਰਗਨਾਈਜੇਸ਼ਨ ਨਹੀਂ ਬਣਨਾ, ਆਪਾਂ ਇੱਕ ਫੈਮਿਲੀ ਹਾਂ, ਅਸੀਂ ਇੱਕ ਫੈਮਿਲੀ ਹਾਂ, 5 ਲੱਖ ਲੋਕ ਆ, ਇਟਸ ਟੋਟਲੀ ਓਕੇ। ਸਾਡੀ ਫੈਮਿਲੀ 'ਚ 5 ਲੱਖ ਜਾਣੇ ਤੇ ਘਰ ਦੀ ਗੱਲ ਆ, ਮੇਰੇ ਪੇਜ 'ਤੇ ਜੇ ਤੁਹਾਡਾ ਕੰਮ ਸ਼ੇਅਰ ਹੋ ਰਿਹਾ ਹੈ ਤੇ ਉਹ ਇੱਕ ਘਰ ਦੀ ਗੱਲ ਆ, ਆਪਾਂ ਆਪਸ 'ਚ ਦੱਸ ਸਕਦੇ ਹਾਂ, ਠੀਕ ਹੈ। ਸੋ ਮੇਰੇ ਪੇਜ 'ਤੇ ਤੁਸੀਂ ਜ਼ਰੂਰ ਮੈਨੂੰ ਜਦੋਂ ਸ਼ੇਅਰ ਕਰਦੇ ਹੋ, ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਮੈਂ ਆਪਣੇ ਪੇਜ 'ਤੇ ਸ਼ੇਅਰ ਕਰਾਂ, ਕਿਉਂਕਿ ਜੇ ਮੇਰੇ ਪੇਜ 'ਤੇ ਕੋਈ ਚੀਜ਼ ਸ਼ੇਅਰ ਹੋ ਰਹੀ ਆ ਤੇ ਉਹ ਮੈਂ ਆਪਣੀ ਫੈਮਿਲੀ ਨੂੰ ਦੱਸ ਰਹੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਲੋਕ ਨਹੀਂ ਸਮਝਦੀ, ਅਤੇ ਨਾ ਹੀ ਤੁਸੀਂ ਮੈਨੂੰ ਲੋਕ ਸਮਝੋ ਕਿ
ਮਨਦੀਪ ਵੀ ਕੋਈ ਅਜਨਬੀ ਆ ਜਾਂ ਕੋਈ ਹੋਰ ਆ, ਸੋ ਆਪਾਂ ਕੋਈ ਹੋਰ ਨਹੀਂ ਆ, ਅਸੀਂ ਇੱਕ ਫੈਮਿਲੀ ਆ। ਸਾਡੇ ਪੇਜ ਤੇ ਜੋ ਸ਼ੇਅਰ ਹੋ ਰਿਹਾ ਉਹ ਸਾਰੀ ਫੈਮਿਲੀ ਨੂੰ ਦੱਸਿਆ ਜਾ ਰਿਹਾ। ਹਾਂ, ਜੇ ਮੈਂ ਤੁਹਾਡੇ ਤੋਂ ਪੋਸਟ ਲੈ ਕੇ ਕਿਸੇ ਹੋਰ ਪੇਜ ਤੇ ਪਾਵਾਂ ਤੇ ਆਪਣੇ ਤੇ ਨਾ ਪਾਵਾਂ, ਫਿਰ ਤੁਸੀਂ ਮੈਨੂੰ ਜ਼ਰੂਰ ਕਹਿ ਸਕਦੇ ਹੋ ਕਿ ਮੇਰਾ ਨਾਂ ਸ਼ੇਅਰ ਕਰਿਓ। ਸੋ ਮੇਰੇ ਪੇਜ ਤੋਂ ਬਾਹਰ ਜਾਵੇ ਉਹਦਾ ਮੈਨੂੰ ਨਹੀਂ ਪਤਾ, ਉਹ ਨਹੀਂ ਮੈਂ ਕਰਦੀ। ਸੋ ਆਪਣੇ ਪੇਜ ਤੇ ਮੈਂ ਜ਼ਰੂਰ ਸ਼ੇਅਰ ਕਰਾਂਗੀ, ਕਿਉਂਕਿ ਮੈਂ ਆਪਣੀ ਫੈਮਿਲੀ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਹਾਂ ਬਾਕੀ ਕੀ ਅੱਛਾ ਕੰਮ ਕਰ ਰਹੇ ਨੇ। ਸੋ ਮੈਨੂੰ ਬੜੀ ਸਭ ਤੋਂ ਜ਼ਿਆਦਾ ਮੈਨੂੰ ਉਦੋਂ ਖੁਸ਼ੀ ਹੁੰਦੀ ਜਦੋਂ ਤੁਸੀਂ ਮੈਨੂੰ ਆਪਣੀ ਫੋਟੋਜ਼ ਖਿੱਚ ਕੇ ਅਤੇ ਮੈਨੂੰ ਭੇਜਦੇ ਹੋ ਜਾਂ ਤੁਸੀਂ ਸ਼ੂ ਗਿਵਿੰਗ ਕੈਂਪੇਨ ਕਰਕੇ ਮੇਰੇ ਨਾਲ ਸ਼ੇਅਰ ਕਰਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ, ਅਤੇ ਸਾਰੇ ਹੀ ਈਵੈਂਟਸ ਵਿੱਚ ਤੁਹਾਡਾ ਸਾਥ ਜਿਹੜਾ ਮੈਨੂੰ ਚਾਹੀਦਾ ਹੈ। ਜਿਨ੍ਹਾਂ ਨੇ ਲੇਟ ਮੇਰੀ ਲਾਈਵ ਵੀਡੀਓ ਸੁਣਨੀ ਸ਼ੁਰੂ ਕੀਤੀ ਹੈ, ਰਿਕੁਐਸਟ ਹੈ ਕਿ ਸ਼ੁਰੂ ਤੋਂ ਉਹਨੂੰ ਸੁਣ ਲੈਣ, ਕਿਉਂਕਿ ਸਾਰਾ ਸੀਕੁਐਂਸ ਜਿਹੜਾ ਮੈਂ ਮੈਂਸ਼ਨ ਕੀਤਾ। ਅਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਲਾਸਟ ਵਾਰੀ ਮੈਂ ਇਹ ਕਹਿਣਾ ਚਾਹੁੰਦੀ ਕਿ ਕੱਲ੍ਹ ਦਾ ਜਿਹੜਾ ਕੈਂਪੇਨ ਆ ਜ਼ਰੂਰ ਤੁਸੀਂ ਮੇਰੇ ਨਾਲ ਲਾਈਵ ਹੋ। ਅਸੀਂ ਇੱਕ ਗੈਸਟ ਨੂੰ ਇਨਵਾਈਟ ਕੀਤਾ ਹੈ ਕੱਲ੍ਹ ਦੇ ਲਾਈਵ ਕੈਂਪੇਨ 'ਚ, ਸੋ ਨਾਮ ਮੈਂ ਇਸ ਲਈ ਨਹੀਂ ਰਹਿ ਰਹੀ ਕਿ ਹੋ ਸਕਦਾ ਕਿ ਬਾਈ ਚਾਂਸ ਪ੍ਰੋਗਰਾਮ ਨਾ ਚੇਂਜ ਹੋ ਜੇ। ਸੋ ਜ਼ਰੂਰ ਆਪਾਂ ਲਾਈਵ ਹੋਣਾ ਸਾਰਿਆਂ ਨੇ ਇਕੱਠੇ, ਯੂ ਨੋ ਪੂਰੀ ਸਾਡੀ ਫੈਮਿਲੀ 'ਚ ਇੱਕ ਗੈਸਟ ਆ ਰਿਹਾ ਇੱਦਾਂ ਸਮਝੋ, ਅਤੇ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ, ਅਤੇ ਮੈਂ ਸਵੇਰੇ ਜ਼ਰੂਰ ਨਾਲ ਨਾਲ ਜਿਹੜਾ ਮੈਂ ਆਪਣਾ ਟਾਈਮ ਪਾ ਦਾਂਗੀ। ਸੋ ਬਹੁਤ ਬਹੁਤ ਸ਼ੁਕਰੀਆ ਮੈਨੂੰ ਇੰਨਾ ਪਿਆਰ ਕਰਨ ਲਈ, ਬਹੁਤ ਬਹੁਤ ਸ਼ੁਕਰੀਆ ਮੈਨੂੰ ਇੰਨੇ ਅੱਛੇ ਮੈਸੇਜ ਭੇਜਣ ਲਈ, ਇੰਨਾ ਜ਼ਿਆਦਾ ਇਨਕਰੇਜ ਕਰਨ ਲਈ। ਤੁਹਾਡੀ ਇਨਕਰੇਜਮੈਂਟ ਦੇ ਸਾਹਮਣੇ ਮੈਨੂੰ ਕੋਈ ਵੀ ਨੈਗੇਟਿਵਿਟੀ ਜਾਂ ਕੋਈ ਨੈਗੇਟਿਵ ਕਮੈਂਟ ਜਾਂ ਕਿਸੇ ਦਾ ਨੈਗੇਟਿਵ ਥਾਟ ਜਿਹੜਾ ਵਾ ਉਹ ਬਿਲਕੁਲ ਹੀ ਨਿੱਕਾ ਜਿਹਾ ਹੀ ਲੱਗਦਾ ਹੈ, ਕਿਉਂਕਿ ਮੈਂ ਇਹੀ ਕੰਸਿਡਰ ਕਰਦੀ ਕਿ ਸਾਰੇ ਮੈਨੂੰ ਪਿਆਰ ਹੀ ਇੰਨਾ ਕਰਦੇ ਨੇ, ਮੈਂ ਨਾ ਹੀ ਕੰਸਿਡਰ ਕਰਾਂ ਕਿ ਹਾਂ ਕਿਸੇ ਨੇ ਮੈਨੂੰ ਕੀ ਕਿਹਾ। ਸੋ ਬਹੁਤ ਕੁਛ ਹੋ ਜਾਂਦਾ ਹੈ ਨੈਗੇਟਿਵ ਵੀ, ਪਰ ਹਮੇਸ਼ਾ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜੋ ਵੀ NGO ਦੇ ਹਿਸਾਬ ਨਾਲ, ਤੁਹਾਨੂੰ ਖੁਦ ਹੀ ਪਤਾ ਹੈ ਕਿ ਹਾਂ ਇੱਕ ਗਰਲ ਦਾ ਕੰਮ ਕਰਨਾ ਜਿਹੜਾ ਕਿੰਨਾ ਜ਼ਿਆਦਾ ਔਖਾ ਹੈ। ਸੋ ਇੱਦਾਂ ਦੀ ਗੱਲ ਨਹੀਂ ਕਿ ਮੈਨੂੰ ਪ੍ਰੋਬਲਮਸ ਨਹੀਂ ਆਉਂਦੀਆਂ, ਐਕਸਟ੍ਰੀਮ ਪ੍ਰੋਬਲਮਸ ਆਉਂਦੀਆਂ, ਪਰ ਬਹੁਤ ਜ਼ਿਆਦਾ ਤੁਹਾਡੇ ਸਾਰਿਆਂ ਦਾ ਮੈਨੂੰ ਸਾਥ ਆ, ਬੜਾ ਜ਼ਿਆਦਾ ਮੇਰੇ 'ਚ ਕੌਨਫੀਡੈਂਸ ਆ। ਸੋ ਮੈਨੂੰ ਕਦੀ ਲੋੜ ਹੀ ਨਹੀਂ ਪੈਂਦੀ ਕਿ ਮੈਂ ਆਪਣੀ ਕੋਈ ਪ੍ਰੋਬਲਮ ਜਾਂ ਆਪਣੀ ਨੈਗੇਟਿਵ ਜੀ ਤੁਹਾਡੇ ਨਾਲ ਕੋਈ ਸ਼ੇਅਰ ਕਰਾਂ, ਅਤੇ ਜੋ ਕੋਈ ਕੁਛ ਨੈਗੇਟਿਵ ਵੀ ਹੁੰਦਾ ਹੈ ਉਹ ਚੀਜ਼ਾਂ ਦਾ ਮੈਂ ਬੁਰਾ ਨਹੀਂ ਮੰਨਦੀ, ਦੈਟ ਇਜ਼ ਅ ਪਾਰਟ ਆਫ ਲਾਈਫ। ਅਤੇ ਇੱਦਾਂ ਨਹੀਂ ਕਦੀ ਵੀ ਹੋ ਸਕਦਾ ਕਿ 101% ਸਾਰੇ ਸਾਡੇ ਲਈ ਪੋਜ਼ਿਟਿਵ ਹੋਣ ਅਤੇ ਸਾਰੇ ਸਾਨੂੰ ਪਿਆਰ ਹੀ ਕਰਨ। ਸੋ ਕੋਈ ਗੱਲ ਨਹੀਂ, ਇਟਸ ਟੋਟਲੀ ਫਾਈਨ, ਅਤੇ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਅਤੇ ਮੇਰੇ ਦਿਲੋਂ ਪੂਰੀ ਤੁਹਾਡੇ ਲਈ ਬਹੁਤ ਜ਼ਿਆਦਾ ਰਿਸਪੈਕਟ ਆ। ਸੋ ਪੂਰੇ ਮਾਣ ਨਾਲ ਤੁਸੀਂ ਕਹਿ ਸਕਦੇ ਹੋ ਕਿ ਮਨਦੀਪ ਸਾਡੀ ਫੈਮਿਲੀ ਮੈਂਬਰ ਆ, ਸਾਡੀ ਸਿਸਟਰ ਆ, ਅਤੇ ਬੇਟਾ ਵਾ ਸਾਡਾ। ਸੋ ਸਾਰੇ ਜਿਹੜਾ ਮੈਨੂੰ ਆਪਣਾ ਬੇਟਾ ਲਿਖਦੇ ਨੇ ਉਹਨਾਂ ਨੂੰ ਤਾਂ ਬਹੁਤ ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਮੈਨੂੰ ਬੇਟਾ ਲਿਖਦੇ ਹੋ, ਅਤੇ ਮੈਂ ਕੋਸ਼ਿਸ਼ ਕਰਦੀ ਕਿ ਉਸ ਕਮੈਂਟ ਦਾ ਜ਼ਰੂਰ ਮੈਂ ਰਿਪਲਾਈ ਕਰਾਂ, ਅਤੇ ਮੈਨੂੰ ਉਹਦਾ ਪੂਰਾ ਫੀਲਿੰਗ ਆ ਜਾਂਦੀ ਕਿ ਹਾਂ ਇਹ ਮੈਨੂੰ ਪੂਰਾ ਫੈਮਿਲੀ ਮੈਂਬਰ ਹੀ ਸਾਰੇ ਮੈਨੂੰ ਸਮਝਦੇ ਨੇ। ਸੋ ਤੁਸੀਂ ਮਾਣ ਨਾਲ ਕਹਿ ਸਕਦੇ ਹੋ ਕਿ ਇਹ ਸਾਡੀ ਸਿਸਟਰ ਆ, ਸਾਡਾ ਫੈਮਿਲੀ ਮੈਂਬਰ ਹੀ ਆ, ਅਤੇ ਇਹ ਸਾਡਾ ਬੇਟਾ ਹੈ, ਸਾਡੀ ਬੇਟੀ ਨਹੀਂ ਆ। ਸੋ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਲਈ, ਮਨਦੀਪ ਕੌਰ ਸਿੱਧੂ।